ਕੁੜੀਆਂ ਦੇ ਚੰਗੇ ਭਵਿੱਖ ਲਈ ਮਾਪੇ ਉਹਨਾਂ ਨੂੰ ਬਾਹਰ ਇਕੱਲਿਆਂ ਪੜ੍ਹਨ ਦੇ ਲਈ ਭੇਜਦੇ ਨੇ, ਪਰ ਕੁਝ ਕੁੜੀਆਂ, ਇੱਥੇ ਮੈਂ ਵਰਡ ਯੂਜ਼ ਕੀਤਾ ਕੁਝ ਕੁੜੀਆਂ, ਸਾਰੀਆਂ ਨਹੀਂ, ਕੁਝ ਕੁੜੀਆਂ ਦੀ ਸੋਚ ਆਪਾਂ ਕਹਿ ਸਕਦੇ ਕਿ ਗਲਤ ਰਾਹ ਦੇ ਉੱਤੇ ਤੁਰ ਪੈਂਦੇ। ਇਸ ਵੀਡੀਓ ਰਾਹੀਂ ਤੁਹਾਨੂੰ ਪਤਾ ਲੱਗ ਜੂਗਾ ਕਿ ਬਾਹਰ ਰਹਿੰਦੀਆਂ ਹੋਸਟਲ ਦੇ ਵਿੱਚ ਜਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਦੀਆਂ ਕੁੜੀਆਂ ਦੀ ਸੋਚ ਕਿਵੇਂ ਦੀ ਹੋ ਜਾਂਦੀ ਹੈ। ਵੇਖੋ ਇਸ ਵੀਡੀਓ ਦੇ ਵਿੱਚ ਸਭ ਤੋਂ ਜ਼ਿਆਦਾ ਕਿਡਸ ਹੋਣਗੇ, ਆਪਣੇ ਬੁਆਏਫ੍ਰੈਂਡ ਦਾ ਸਿਰਫ ਗਿਫਟ ਐਂਡ ਆਲ ਵਾਸਤੇ ਰਹਿੰਦੀ ਹੈ। ਕਿਹੜੀ ਸਭ ਤੋਂ ਜ਼ਿਆਦਾ ਆਪਣੇ ਬੁਆਏਫ੍ਰੈਂਡ ਤੋਂ ਗਾਲਾਂ ਖਾਂਦੀ ਹੈ? ਗਾਲਾਂ ਮੈਂ ਨੀ ਜਲਦੀ ਕਰੋ, ਹੋ ਗਿਆ।